ਹਾਂਜੀ ਮਿੱਤਰੋ ਅੱਜ ਲਈ ਮੇਰੇ ਸ਼ੋਹ ਦੇ ਡਰਾਟਾ ਦੇ ਵਿੱਚ ਇੱਥੇ ਮੈਂ ਜਾ ਰਿਹਾ ਆ ਸ਼ੋਹ ਤੇ ਤੇ ਇੱਥੇ ਉਹ ਚੈੱਕ ਕਰ ਰਹੇ ਕੱਪੜੇ ਸ਼ੂਆ ਕਾਫੀ ਪਏ ਸੀ ਜੁੱਤੇ ਮੈਂ ਕਿਹੜੇ ਪਾਵਾ ਕਿਹੜੇ ਪਾਵਾ ਕਿਹੜੇ ਪਾਵਾ ਇੱਕ ਤੋਂ ਪਸੰਦ ਕਰ ਲਏ ਤੇ ਮੁੜ ਕੇ ਫਿਰ ਜਿਹੜਾ ਪਾਵੇਂ ਸੀ ਆ ਪਿਆ ਸੀ ਉਹ ਪਿਆ ਸੀ ਫਿਰ ਮੈਂ ਵੀ ਦੇਖ ਲਿਆ ਤੇ ਉਸ ਤੋਂ ਬਾਅਦ ਮੈਂ ਚੱਲਾ ਬਾਜੀ ਚੀਨਾ ਦੇਖਣ ਜਦੋਂ ਚੀਨਾ ਦੇਖ ਲਈਆਂ ਬਾਜੀ ਪਾਈ ਹੋਈ ਵੀ ਕਹਿਣ ਲੱਗ ਰਹੀ ਸੀ ਮੈਂ ਕਿਹਾ ਚਲੋ ਪਹਿਲੇ ਲਾ ਦੋ ਤੇ ਉਸ ਤੋਂ ਬਾਅਦ ਮੈਂ ਗਿਆ ਥੋੜੀ ਜਿਹੀ ਰੋਟੀ ਛਕਣ ਤੇ ਉਸ ਤੋਂ ਬਾਅਦ ਪਹੁੰਚ ਗਿਆ ਸਕੋਸ਼ੀਆ ਬੈਂਕ ਕਰੀ ਟੋਰਾਂਟੋ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਆਪਣੀ ਥੋੜੀ ਜਿਹੀ ਸਨੈਪ ਬਣਾਈ ਮੈਂ ਦੇਖਿਆ ਵੀ ਖਾਲੀ ਬਾਬੇ ਉਹ ਰੂਮ ਵੱਡਾ ਥੋੜਾ ਜਿਆਦਾ ਮੈਂ ਗਿਆ ਪਿੱਛੇ ਤੇ ਸਿੱਧਾ 10 23 ਤੇ ਸਟੇਜ ਤੇ ਗਿਆ ਬਹੁਤ ਇਕੱਠ ਹੋਇਆ ਸੀ ਬਾਬੇ ਉਹ ਬੜਾ ਇਕੱਠ ਹੋਇਆ ਸੀ ਜਦੋਂ ਮੈਂ ਲਾਈਟਾਂ ਦੇਖਿਆ ਥੋੜਾ ਨਰਵਸ ਹੋ ਗਿਆ ਮੈਂ ਕੋਈ ਨਹੀਂ ਹੋ ਜਲੇ ਖਿੱਚਦੇ 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 ਤੇ ਲੋਕਾਂ ਨੇ ਨਾਲ ਗਾਇਆ ਬੜਾ ਸੁਆਗ ਹੈ ਉਹਦੇ ਨਾਲ ਗਾਰੇ ਅੱਖਾਂ ਵਿੱਚ ਅੱਖਾਂ ਨਾਲ ਕੱਲ ਨੂੰ ਕਹੇਗੀ ਮੈਨੂੰ ਉਹ ਜਿੰਨੀ ਆਰੀ ਫੁੱਲ ਤੂੰ ਗੱਡੀ ਤੇ ਰੱਖਿਆ ਸੱਚੀ ਦੇ ਸਾਹਮਣੇ ਤੂੰ ਵੀ ਬਾਸਾੜ ਹੋ ਗਿਆ ਅੱਖਾਂ ਵਿੱਚ ਅੱਖਾਂ ਤੇ ਉਸ ਤੋਂ ਬਾਅਦ ਏਓ ਫੀਲਿੰਗ ਜਿਹੜੀ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਆ ਚੀਜ਼ ਦੇਖ ਕੇ ਮੈਨੂੰ ਬੜਾ ਨਜ਼ਾਰਾ ਆਇਆ ਤੇ ਹੁਣ ਮੈਂ ਚੇਨ ਸੈੱਟ ਕਰ ਰਿਆ ਸੀ ਮੈਂ ਆਪਣੇ ਉਹਨੂੰ ਕੈਮਰੇ ਦੇਖ ਰਿਹਾ ਵੀ ਕੈਂਡ ਲੱਗ ਰਿਹਾ ਓਏ ਲੇਕ ਕੈਂਡ ਲੱਗ ਰਿਹਾ ਮੈਂ ਫੇਰ ਘੁੰਮਿਆ ਓਏ ਹੋਏ ਚੀਨ ਬਲਿੰਕ ਬਲਿੰਕ ਕਰ ਰਹੀ ਤੇ ਇਸ ਤੋਂ ਬਾਅਦ ਮੈਂ ਸਦਾ ਗੱਡੀ ਚੱਕੀ ਤੇ ਮੈਂ ਕਿਹਾ ਬਹੁਤ ਥੱਕ ਗਿਆ ਚਲੋ ਚੱਲੀਏ ਹੋਟਲ ਨੂੰ ਰਾਤ ਜਾਂਦੇ ਹੋਏ ਬਹੁਤ ਪਿਆਰੇ ਪਿਆਰੇ ਲੋਕ ਮਿਲੇ ਤੇ ਫੇਰ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਫੇਰ ਇੱਕ ਕੁੜੀ ਨੇ ਮੈਨੂੰ ਦੇਖ ਲਿਆ ਏ ਉਹ ਹੀ ਉਹ ਹੀ ਉਹ ਹੀ ਉਹ ਹੀ ਉਹ ਹੀ ਜਦੋਂ ਕੇ ਉਹਨੇ ਦੇਖ ਲਿਆ ਤੇ ਫਿਰ ਮੈਂ ਕਹ ਚਲੋ ਜੀ ਬਹੁਤ ਵਧੀਆ ਹੋਇਆ ਇਹਨਾਂ ਨੇ ਦੇਖ ਲਿਆ ਤੇ ਫਿਰ ਮੈਂ ਮਿਲ ਮਿਲ ਕੇ ਉੱਥੋਂ ਨਿਕਲ ਗਿਆ ਬਸ ਹੋਰ ਕੀ ਬੜਾ ਨਿਆਰਾ ਹੈ ਟੌਂਟੋਲੇਓ ਥੈਂਕ ਯੂ ਸੋ ਮੱਚ ਤੁਸੀਂ ਇਹਨਾਂ ਪਿਆਰ ਦਿੱਤਾ ਤੇ ਫਿਰ ਮੈਂ 에ਰਪੋਰਟ ਤੇ ਉੱਥੋਂ ਬਾਦ ਐਡਮੈਂਟਨ ਬੈਠਾ ਹੁਣ ਬੈਠਾ ਉਹ ਇਸ ਓਵਰ ਕਰ ਰਹੇ ਆ ਦੇਖ ਲੋ